ਪਟਿਆਲਾ ਦੇ ਪਿੰਡ ਲਚਕਾਣੀ ਸ਼ਿਵ ਮੰਦਰ ਵਿਖੇ ਮਹੰਤ ਸੱਜਣ ਗਿਰੀ ਮਹਾਰਾਜ, ਬਾਬਾ ਦਇਆ ਗਿਰੀ ਮਹਾਰਾਜ ਤੇ ਸਮੂਹ ਨਗਰ ਦੀਆਂ ਸੰਗਤਾਂ ਵੱਲੋਂ ਮਹਾ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਲਚਕਾਣੀ ਦੇ ਸਾਬਕਾ ਸਰਪੰਚ ਸਤਨਾਮ ਸਿੰਘ ਵੱਲੋਂ ਸਮੂਹ ਸੰਗਤਾਂ ਨੂੰ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਉਹਨਾਂ ਦੱਸਿਆ, ਸ਼ਿਵਰਾਤਰੀ ਤੋਂ ਅਗਲੇ ਦਿਨ ਮਹੰਤ ਸੱਜਣ ਗਿਰੀ ਜੀ ਮਹਾਰਾਜ ਦੀ ਰਾਹਨੁਮਾਈ ਹੇਠ ਕੁਸ਼ਤੀ ਦੰਗਲ ਕਰਵਾਏ ਜਾਣਗੇ, ਜਿਸ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਤੋਂ ਇਲਾਵਾ ਮਹੰਤ ਸੱਜਣ ਗਿਰੀ ਮਹਾਰਾਜ ਦੰਗਲ ਵਿੱਚ ਪਹੁੰਚ ਰਹੇ ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣਗੇ। ਸੀਟੀ ਲਾਈਵ ਚੈਨਲ ਦੀ ਖਾਸ ਰਿਪੋਰਟ। ਸਿੱਖ ਮੰਦਿਰ ਮਾਤਾ ਲਚਕਾਣੀ ਮਹੰਤ ਸੱਜਣ ਗਿਰੀ ਵੱਲੋਂ ਮਹਾਂ ਸ਼ਿਵਰਾਤਰੀ ਦੀ ਸ਼ੁਭਕਾਮਨਾਏ।